पंजाबी रेडियो यू एस ए सुन रहे सारे ही माणयोग ते सत्कारत स्रोतियां नूं पंजाबी रेडियो यू एस ए दी टीम ते मेरे राजकरणवीर सिंघ नूं आप जी नूं बहुत ही प्यार सत्कार सहित दोनों हथ जोड़ के निघी जिही सति श्री अकाल सब नूं जी आइआं नूं आखदे हां। स्रोते प्रोग्राम लै के हाजर हो चुके प्रोग्राम खबर ते नज़र। खबर ते नज़र प्रोग्राम दे विच तुहाडे लई असीं पेश करदे ने जिहड़ियां पंजाब ते भारत दीआं खबरां उहनां दे पिछे की छिपिया हुंदा आ उस दी गहराई तक जाण दी साडी कोशिश हुंदी आ। साडे नाल अज दे दिन जुड़दे ने पटियाला स्टूडियोज़ तों बलतेज पन्नू जी। बलतेज पन्नू जी निघी जी आयां नूं सति श्री अकाल। सति श्री अकाल जी, धन्नवाद जी, बहुत मेहरबानी। साडे अज दे प्रोग्राम खबर ते नज़र उस नूं स्पोंसर करदे ने खालसा इंश्योरेंस एजेंसी वाले जिन्हां दे कोलों तुसीं हर तरहां दे इंश्योरेंस करवा सकदे हो। ਘਰਾਂ ਕਾਰਾਂ ਦੀ ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ ਮੋਟਲ, ਸ਼ੋਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇਹ ਇੰਸ਼ੋਰੈਂਸ ਕਰਦੇ ਨੇ 100 ਤੋਂ ਵੱਧ ਏ ਰੇਟਿਡ ਕੰਪਨੀਜ਼ ਦੇ ਨਾਲ। ਵਧੇਰੇ ਜਾਣਕਾਰੀ ਲਈ ਕਾਲ ਕਰੋ 408-272-2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ ਅਤੇ ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408-728-4082-2796-98 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਬਲਦੇਜ ਪੰਨੂ ਜੀ ਸ਼ੁਰੂ ਕਰਦੇ ਹਾਂ। ਰਾਜਨਾਥ ਹੁਣਾਂ ਦਾ ਕਹਿਣਾ ਆ ਸੁਸ਼ਮਾ ਤੇ ਸਮ੍ਰਿਤੀ ਇਰਾਨੀ ਦਾ ਅਸਤੀਫਾ ਨਹੀਂ। ਐਕਚੁਲੀ ਜਿਹੜੀ ਸਮ੍ਰਿਤੀ ਇਰਾਨੀ ਹੈ ਜੀ, ਉਹ ਦੁਬਾਰਾ ਫਿਰ ਜਿਹੜਾ ਜੀ ਉਹ ਮੁਸ਼ਕਲ ਦੇ ਵਿੱਚ ਫਸ ਗਈ ਹੈ, ਕਿਉਂਕਿ ਦਿੱਲੀ ਦੀ ਅਦਾਲਤ ਨੇ ਉਹਦੀ ਵਿਦਿਅਕ ਯੋਗਤਾ ਦੇ ਬਾਰੇ ਗਲਤ ਜਾਣਕਾਰੀ ਦੇ ਮਾਮਲੇ ਦੇ ਵਿੱਚ ਜਿਹੜੀ ਇੱਕ ਅਰਜ਼ੀ ਲਾਈ ਹੋਈ ਸੀ ਉਹਨੂੰ ਮੰਨ ਲਿਆ, ਤੇ ਹੁਣ ਜਿਹੜਾ ਅਰਜ਼ੀ ਲਾਉਣ ਵਾਲੇ ਨੂੰ ਇਹ ਗੱਲ ਆਖੀ ਹੈ ਕਿ ਉਹ ਇਹਦੇ ਸੰਬੰਧੀ ਸਬੂਤ ਜਿਹੜੇ ਉਹ ਆਪਣੇ ਦੇਵੇ ਤੇ ਅੱਗੋਂ ਫਿਰ ਸੰਮਣ ਜਿਹੜਾ ਜੀ ਉਹ ਜਾਰੀ ਕੀਤਾ ਜਾਊਗਾ। ਦਿੱਲੀ ਅਦਾਲਤ ਨੇ 28 ਅਗਸਤ ਦੀ ਜਿਹੜੀ ਤਰੀਕ ਹੈ ਉਹ ਮੁਕਰਰ ਜਿਹੜਾ ਜੀ ਉਹ ਕੀਤੀ ਹੈ। ਸਮ੍ਰਿਤੀ ਇਰਾਨੀ ਦੇ ਉੱਤੇ ਦੋਸ਼ ਆਇਆ ਕਿ ਉਹਨੇ ਲੋਕ ਸਭਾ ਤੇ ਰਾਜ ਸਭਾ ਚੋਣਾਂ ਦੇ ਵਿੱਚ ਚੋਣ ਕਮਿਸ਼ਨ ਨੂੰ ਜਿਹੜੇ ਹਲਫਨਾਮੇ ਦਿੱਤੇ ਸੀਗੇ ਉਹਦੇ ਵਿੱਚ ਆਪਣੀ ਵਿਦਿਅਕ ਯੋਗਤਾ ਜਿਹੜੀ ਹੈ ਉਹ ਵੱਖੋ ਵੱਖਰੀ ਕਿਸਮ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਸੀਗੀ। ਇਹਨੂੰ ਲੈ ਕੇ ਜਿਹੜੀ ਵਿਰੋਧੀ ਧਿਰ ਦੇ ਨਿਸ਼ਾਨੇ ਦੇ ਉੱਤੇ ਇਸ ਵੇਲੇ ਸਮ੍ਰਿਤੀ ਇਰਾਨੀ ਜਿਹੜੀ ਹੈ, ਔਰ ਜਦੋਂ ਰਾਜਨਾਥ ਸਿੰਘ ਹੋਰਾਂ ਨੂੰ ਕੱਲ੍ਹ ਪੁੱਛਿਆ ਗਿਆ ਕਿ ਜਤਿੰਦਰ ਤੋਮਰ ਨੇ ਤਾਂ ਅਸਤੀਫਾ ਜਿਹੜਾ ਦੇ ਦਿੱਤਾ ਸੀਗਾ ਆਪਣੇ ਅਹੁਦੇ ਤੋਂ, ਤੇ ਹੁਣ ਜਦੋਂ ਸਮ੍ਰਿਤੀ ਇਰਾਨੀ ਦਾ ਨਾਮ ਆਇਆ ਤੇ ਕੀ ਉਹਦਾ ਅਸਤੀਫਾ ਲਿਆ ਜਾਊਗਾ? ਤੇ ਰਾਜਨਾਥ ਸਿੰਘ ਹੋਰੀ ਜਿਹੜੇ ਕਿ ਗ੍ਰਹਿ ਮੰਤਰੀ ਨੇ, ਉਹਨਾਂ ਦੇ ਮੂੰਹੋਂ ਇਹੋ ਜਿਹਾ ਜਿਹੜਾ ਬਿਆਨ ਆਉਣਾ ਬੱਚਿਆਂ ਵਰਗਾ ਉਹ ਹੈਰਾਨੀਜਨਕ ਸੀਗਾ। ਉਹਨਾਂ ਨੇ ਇਹ ਗੱਲ ਕਹੀ ਕਿ ਨਾ ਸੁਸ਼ਮਾ ਸਵਰਾਜ, ਨਾ ਵਸੁੰਧਰਾ, ਨਾ ਸਮ੍ਰਿਤੀ ਦਾ ਅਸਤੀਫਾ ਜਿਹੜਾ ਲਿਆ ਜਾਊਗਾ। ਉਹ ਕਹਿੰਦੇ ਇਹ ਕੋਈ ਯੂਪੀਏ ਦੀ ਸਰਕਾਰ ਨੀਗੀ ਜਿਹੜੇ ਅਸਤੀਫੇ ਲੈ ਲੈਂਦੀ ਹੁੰਦੀ ਸੀ, ਇਹ NDA ਦੀ ਸਰਕਾਰ ਹੈ। ਅਸਤੀਫਾ ਕਲਚਰ ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਹੀਂ ਹੈਗਾ ਜੀ, ਏਦਾਂ ਦੇ ਜਿਹੜੇ ਅਸਤੀਫੇ ਨੇ ਉਹ ਲੈ ਲਏ ਜਾਣ। ਉੱਧਰ ਜਿਹੜਾ ਮਹਾਰਾਸ਼ਟਰ ਦੀ ਜੇ ਗੱਲ ਕਰੀਏ ਤਾਂ ਉੱਥੇ ਵੀ ਜਿਹੜੀ ਇਹਨਾਂ ਦੀ BJP ਸਰਕਾਰ ਹੈ ਜੀ, ਉਹ ਮੁਸ਼ਕਲ ਸਥਿਤੀ 'ਚ ਘਿਰ ਰਹੀ ਹੈ, ਕਿਉਂਕਿ ਉੱਥੋਂ ਦੀ ਜਿਹੜੀ ਮਹਿਲਾ ਤੇ ਬਾਲ ਭਲਾਈ ਮੰਤਰੀ ਆ ਪੰਕਜ ਮੁੰਡੇ, ਉਹ 206 ਕਰੋੜ ਰੁਪਈਏ ਦੇ ਘਪਲੇ ਦੇ ਵਿੱਚ ਜਿਹੜੀ ਹੈ ਜੀ ਉਹ ਘਿਰ ਗਈ ਹੈ ਜੀ। ਹੈਲੋ ਜੀ 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 ਜਿਹੜੀ ਮੈਂ ਜਿਵੇਂ ਦੱਸ ਰਿਹਾ ਸੀ ਕਿ ਪੰਕਜ ਮੁੰਡੇ ਜਿਹੜੀ ਹੈ ਜੀ ਉਹ 206 ਕਰੋੜ ਰੁਪਈਏ ਦੇ ਘੁਟਾਲੇ ਦੇ ਵਿੱਚ ਜਿਹੜਾ ਜੀ ਉਹ ਘਿਰ ਗਈ ਹੈ, ਜਿਹਨੇ ਕਿ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਗੋਪੀਨਾਥ ਮੁੰਡੇ ਦੀ ਧੀ ਹੈ ਜੀ। ਇਹ ਮਾਮਲਾ ਵੀ ਜਿਹੜਾ ਕਾਫੀ ਉਭਰ ਰਿਹਾ। ਉਧਰੋਂ ਜਿਹੜਾ ਇੱਕ ਸੀਨੀਅਰ ਨੇਤਾ ਯਸ਼ਵੰਤ ਸਿਨਹਾ, ਉਹਨੇ ਤਕੜੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਨਰਿੰਦਰ ਮੋਦੀ ਹੋਰਾਂ ਦੇ ਖਿਲਾਫ਼ ਕੀਤੀ। ਇਹ ਆਖਿਆ ਕਿ ਨਰਿੰਦਰ ਮੋਦੀ ਨੇ 75 ਸਾਲ ਤੋਂ ਉੱਪਰ ਉਮਰ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੀ ਉਹਨਾਂ ਨੂੰ ਇਹ ਕਹਿ ਕੇ ਪਾਸੇ ਕਰਤਾ ਕਿ ਇਹ ਬ੍ਰੇਨ ਡੈਡ ਨੇਤਾ ਨੇ ਜੀ। ਜੀ ਜੀ ਅਤੇ ਅਸਤੀਫੇ ਦੀ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਆਪ ਪਾਰਟੀ ਦਾ ਜਿਹੜਾ ਸੀਗਾ ਉਸਨੂੰ ਤਾਂ ਨਾਲ ਦੇ ਨਾਲ ਚੱਕ ਵੀ ਲਿਆ ਤੇ ਇਹਨਾਂ ਨੂੰ ਨਹੀਂ ਸੀ ਇਹ ਕੁਛ ਕਰ ਸਕਦੇ? ਬਿਲਕੁਲ, ਜਿਹੜਾ ਕਰਨਾ ਤਾਂ ਚਾਹੀਦਾ ਸੀਗਾ ਜੀ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਵੀ ਮੁਜ਼ਾਹਰੇ ਕਰਦੇ ਸੀ, ਦਿੱਲੀ ਦੀਆਂ ਸੜਕਾਂ ਦੇ ਉੱਤੇ ਵੀ ਪੁਤਲੇ ਜਿਹੜੇ ਫੂਕਦੇ ਸੀਗੇ, ਹੁਣ ਜਿਹੜੇ ਜੀ ਇਸ ਮਸਲੇ ਦੇ ਉੱਤੇ ਚੁੱਪ ਕਰਕੇ ਬੈਠੇ ਨੇ, ਨਾ ਸੁਸ਼ਮਾ ਸਵਰਾਜ ਵਾਲੇ ਮਸਲੇ 'ਤੇ ਬੋਲਦੇ ਨੇ, ਨਾ ਵਸੁੰਧਰਾ ਵਾਲੇ ਮਸਲੇ ਦੇ ਉੱਤੇ ਬੋਲਦੇ ਨੇ, ਅਤੇ ਨਾ ਹੁਣ ਸਮ੍ਰਿਤੀ ਇਰਾਨੀ ਵਾਲੇ ਮਸਲੇ ਦੇ ਉੱਤੇ ਬੋਲਦੇ ਨੇ। ਜਿਹੜਾ ਲਲਿਤ ਮੋਦੀ ਆ, ਲਲਿਤ ਮੋਦੀ ਲਗਾਤਾਰ ਜਿਹੜਾ ਜੀ ਉਹ ਅਟੈਕ ਕਰ ਰਿਹਾ, ਉਹਨੇ ਜਿਹੜਾ ਇਹਨਾਂ ਦਾ ਵਿੱਤ ਮੰਤਰੀ ਆ ਜੀ ਅਰੁਣ ਜੇਤਲੀ ਉਹਨੂੰ ਸਿੱਧਮ ਸਿੱਧਾ ਲਿਆ ਜੀ, ਇਹ ਆਖਿਆ ਕਿ ਜਿਹੜਾ ਉਹ ਮੇਰੇ ਖਿਲਾਫ਼ ਕਾਰਵਾਈ ਕਰਕੇ ਤਾਂ ਦੱਸੇ,
ਉਹਨੇ ਜਿਹੜੇ ਟਵੀਟ ਕਰ ਰਿਹਾ ਜਾਂ ਈਮੇਲ ਜਿਹੜੀਆਂ ਕਰ ਰਿਹਾ ਉਹਦੇ ਵਿੱਚ ਉਹਨੇ ਅਮਿਤ ਸ਼ਾਹ ਨੂੰ ਵੀ ਜਿਹੜਾ ਜੀ ਉਹ ਲਪੇਟ ਲਿਆ। ਉਸ ਮਸਲੇ ਦੇ ਉੱਤੇ ਸਾਰੇ ਮੂੰਹ ਚ ਘੁੰਗੜੀਆਂ ਪਾ ਕੇ ਬਹਿ ਗਏ ਜੀ। ਇੱਕ ਬੰਦਾ ਜਿਹੜਾ 700 ਕਰੋੜੀ ਘੁਟਾਲੇ ਵਾਲਾ ਉਹ ਇਸ ਵੇਲੇ ਜਿਹੜਾ ਜੀ ਇੱਕ ਤੋਂ ਬਾਅਦ ਦੂਜਾ ਬਿਆਨ ਜਿਹੜਾ ਜੀ ਇਹ ਛੱਡ ਰਿਹਾ। ਪਰ ਇਹਨਾਂ ਦੀ ਜਿਹੜੀ ਤਿਆਰੀ ਹੈ ਉਹ ਸਾਰੀ ਦੀ ਸਾਰੀ ਇਸ ਗੱਲ ਨੂੰ ਲੈ ਕੇ ਆ ਕਿ ਦਿੱਲੀ ਦੀ ਸਰਕਾਰ ਦੇ ਜਿਹੜੇ ਵਿਧਾਇਕ ਨੇ 21 ਉਹਨਾਂ ਦੇ ਖਿਲਾਫ਼ ਚਾਰਜਸ਼ੀਟ ਜਿਹੜੀ ਆ ਉਹ ਕਿੰਨੀ ਤੇਜ਼ੀ ਦੇ ਨਾਲ ਤਿਆਰ ਕੀਤੀ ਜਾਂਦੀ ਹੈ। ਜੀ ਜੀ ਬਿਲਕੁਲ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਨੂੰ ਲੈ ਕੇ ਸਮਗਲਿੰਗ ਨੂੰ ਲੈ ਕੇ ਜਿਹੜਾ ਲਾ ਸੀ ਉਸ ਨੂੰ ਚੈਲੰਜ ਕੀਤਾ ਗਿਆ। ਬਿਲਕੁਲ ਜੀ, ਇਹ ਐਕਚੁਲੀ ਜਿਹੜਾ ਮਸਲਾ ਤਾਂ ਕਾਫੀ ਦੇਰ ਦਾ ਹੈ ਜੀ, ਪਰ ਹੁਣ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਟਰੈਵਲ ਪ੍ਰੋਫੈਸ਼ਨਲਸ ਰੈਗੂਲੇਸ਼ਨ ਐਕਟ 2012 ਤੇ ਇਹਦੇ ਸੰਬੰਧਿਤ ਨਿਯਮਾਂ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਲਈ ਜਿਹੜੀ ਉਹ ਸਹਿਮਤੀ ਹੋਈ ਆ। ਜਿਹੜੇ ਪੰਜਾਬ ਦੇ 27 ਟਰੈਵਲ ਏਜੰਟ ਜਿਹੜੇ ਨੇ ਉਹਨਾਂ ਦੇ ਵੱਲੋਂ ਦਾਇਰ ਕੀਤੀ ਗਈ ਜਿਹੜੀ ਜਨਹਿੱਤ ਪਟੀਸ਼ਨ ਹੈ ਉਹਦੇ ਉੱਤੇ ਫੌਰੀ ਸੁਣਵਾਈ ਕਰਨ ਦੀ ਬੇਨਤੀ ਜਿਹੜੀ ਆ ਜੀ ਉਹ ਮੰਨੀ ਗਈ ਆ। ਪਟੀਸ਼ਨਰਾਂ ਨੇ ਜਿਹੜਾ ਜੀ ਇਹ ਆਖਿਆ ਕਿ ਪੰਜਾਬ ਪ੍ਰੀਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ ਜਿਹੜਾ ਜੀ ਇਹਦੇ ਤੌਰ ਦੇ ਉੱਤੇ ਜਿਹੜਾ ਇਹ ਜਾਣਿਆ ਜਾਂਦਾ ਇਹਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਜਾਵੇ, ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਿੱਤੇ ਦੇ ਰਾਹ ਦੇ ਵਿੱਚ ਜਿਹੜਾ ਜੀ ਇਹ ਰੋੜਾ ਸਾਬਤ ਜਿਹੜਾ ਜੀ ਉਹ ਹੋ ਰਿਹਾ। ਜਿਹੜੇ ਇਹ ਟਰੈਵਲ ਏਜੰਟ ਨੇ ਇਹ ਸੁਪਰੀਮ ਕੋਰਟ ਦੇ ਵਿੱਚ ਰਲ ਕੇ ਜਿਹੜਾ ਜੀ ਉਹ ਗਏ ਨੇ, ਉਹਨਾਂ ਨੇ ਇਹ ਕਿਹਾ ਕਿ ਲੋਕਾਂ ਨੂੰ ਗੈਰ ਕਾਨੂੰਨੀ ਤਸਕਰੀ ਰੋਕਣ ਲਈ ਇਹ ਬਣਾਇਆ ਗਿਆ ਜਿਹੜਾ ਕਾਨੂੰਨ ਉਹਨਾਂ ਦੇ ਉੱਤੇ ਬੇਵਜ੍ਹਾ ਲਾਗੂ ਜਿਹੜਾ ਜੀ ਉਹ ਕੀਤਾ ਗਿਆ। ਉਹਨਾਂ ਕਿਹਾ ਕਿ ਟਰੈਵਲ ਏਜੰਟ ਸਟੂਡੈਂਟਸ ਫੈਮਿਲੀਜ਼ ਤੇ ਜਿਹੜੇ ਟੂਰਿਸਟ ਨੇ ਉਹਨਾਂ ਨੂੰ ਕੌਮਾਂਤਰੀ ਪੈਕੇਜ ਦੀ ਪੇਸ਼ਕਸ਼ ਜਿਹੜੇ ਉਹ ਦਿੰਦੇ ਨੇ। ਹਿਊਮਨ ਟ੍ਰੈਫਿਕਿੰਗ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਗਾ, ਪਰ ਉਹ ਕਹਿੰਦੇ ਕਿ ਸਾਨੂੰ ਕੰਮ ਕਾਰ ਤੋਂ ਰੋਕਣ ਦੇ ਵਾਸਤੇ ਸਰਕਾਰ ਨੇ ਜਿਹੜਾ ਜੀ ਇਹ ਗਲਤ ਕਾਨੂੰਨ ਜਿਹੜਾ ਬਣਾਇਆ। ਹੁਣ ਸੁਪਰੀਮ ਕੋਰਟ ਦੇਖਦੇ ਹਾਂ ਜੀ ਕਿ ਇਸ ਮਸਲੇ ਦੇ ਉੱਤੇ ਕੀ ਫੈਸਲਾ ਜਿਹੜਾ ਜੀ ਉਹ ਲੈਂਦੀ ਹੈ ਜੀ। ਜੀ ਜੀ, ਅਗਲੀ ਗੱਲ ਕਰਦੇ ਹਾਂ ਕੈਪਟਨ ਧੜੇ ਦੀ ਅੱਜ ਅਹਿਮ ਮੀਟਿੰਗ। ਬਿਲਕੁਲ ਜੀ, ਅੱਜ ਦਾ ਦਿਨ ਬੜਾ ਅਹਿਮ ਹੈ ਜੀ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਕਪਤਾਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੇ ਕਾਂਗਰਸੀ ਨੇ ਜੀ ਉਹਨਾਂ ਦੀ ਮੀਟਿੰਗ ਸੱਦੀ ਹੈ। ਇਹਦੇ ਵਿੱਚ ਜਿਹੜੇ ਮੌਜੂਦਾ ਵਿਧਾਇਕ ਸਾਬਕਾ ਵਿਧਾਇਕ ਚੋਣ ਲੜ ਚੁੱਕੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਸ਼ਾਇਦ ਵੱਖਰੀ ਪਾਰਟੀ ਦੇ ਵਾਸਤੇ ਤਾਂ ਅਜੇ ਨਹੀਂ ਸੋਚ ਰਹੇ, ਪਰ ਆਪਣੀ ਤਾਕਤ ਦਾ ਜਿਹੜਾ ਮੁਜ਼ਾਹਰਾ ਜੀ ਉਹ ਕੇਂਦਰੀ ਹਾਈ ਕਮਾਂਡ ਨੂੰ ਕਰਨਾ ਚਾਹੁੰਦੇ ਨੇ। ਅੱਜ ਦੀ ਇਸ ਅਹਿਮ ਮੀਟਿੰਗ ਦੇ ਉੱਤੇ ਜਿੱਥੇ ਪੰਜਾਬ ਦੇ ਕਾਂਗਰਸੀ ਜਿਹੜੇ ਉਹਨਾਂ ਦੀ ਨਿਗਾਹ ਲੱਗੀ ਰਹੂਗੀ, ਇਹਦੇ ਉੱਤੇ ਕੇਂਦਰੀ ਹਾਈ ਕਮਾਂਡ ਜਿਹੜੀ ਹੈ ਕਾਂਗਰਸ ਦੀ ਉਹਦੀ ਨਿਗਾਹ ਵੀ ਨੇੜਿਓ ਰਹੂਗੀ, ਤੇ ਖਾਸ ਤੌਰ ਦੇ ਉੱਤੇ ਸੱਤਾਧਾਰੀ ਪੰਜਾਬ ਦੀ ਧਿਰ ਜਿਹੜੀ ਆ ਜੀ ਉਹਦੀ ਨਿਗਾਹ ਵੀ ਇਹਦੇ ਉੱਤੇ ਜਿਹੜੀ ਆ ਉਹ ਲੱਗੀ ਰਹੂਗੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਕੀ ਪ੍ਰੋਗਰਾਮ ਜਿਹੜਾ ਜੀ ਉਹ ਕਾਂਗਰਸੀਆਂ ਨੂੰ ਦਿੰਦੇ ਨੇ। ਕਾਂਗਰਸੀਆਂ ਦੀ ਜਿਹੜੀ ਆਪਸੀ ਪਾਟੋ ਧਾੜ ਹੈ ਜੀ ਉਹ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ, ਇਹਦਾ ਕੋਈ ਵੀ ਹੱਲ ਜਿਹੜਾ ਜੀ ਉਹ ਨਿਕਲ ਨਹੀਂ ਸਕਿਆ। ਜਿਹੜੀ ਹਾਈ ਕਮਾਂਡ ਹੈ ਉਹ ਪਤਾ ਨਹੀਂ ਉਹਨੇ ਕਿੰਨਾ ਕੁ ਨੁਕਸਾਨ ਜਿਹੜਾ ਜੀ ਇਸ ਮਸਲੇ ਦੇ ਉੱਤੇ ਕਰਵਾਉਣਾ। ਅੱਜ ਦੀ ਇਸ ਅਹਿਮ ਮੀਟਿੰਗ ਦੇ ਵਿੱਚੋਂ ਕਾਫੀ ਕੁਝ ਨਵਾਂ ਜਿਹੜਾ ਜੀ ਉਹ ਆਉਣ ਦੀ ਉਮੀਦ ਹੈ ਜੀ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਆ ਨੈਸਲੇ ਦੇ ਵੱਲੋਂ ਪੰਜਾਬ ਦੇ ਵਿੱਚ ਦੁੱਧ ਵੇਚਣਾ ਜਿਹੜਾ ਬੰਦ ਕਰ ਦਿੱਤਾ ਕਿਸਾਨਾਂ ਨੂੰ ਜਿਹੜਾ ਜੀ ਵੱਡਾ ਝਟਕਾ। ਬਿਲਕੁਲ ਜੀ, ਐਕਚੁਅਲੀ ਮੈਂ ਪਹਿਲਾਂ ਵੀ ਇੱਕ ਦਿਨ ਜਿਹੜਾ ਸਾਂਝਾ ਕੀਤਾ ਸੀਗਾ ਕਿ ਜਿਹੜਾ ਨੈਸਲੇ ਹੈ ਜਿਹਦੇ ਮੈਗੀ ਵਾਲਾ ਜਿਹੜਾ ਰੌਲਾ ਪਿਆ ਸੀਗਾ ਕਿ ਇਹਦਾ ਜਿਹੜਾ ਇਹਦੇ ਵੱਲੋਂ ਦੁੱਧ ਇਕੱਠਾ ਕੀਤਾ ਜਾਂਦਾ ਉਹਦੇ ਵਿੱਚ ਮਾਲਵਾ ਬੈਲਟ ਕਾਫੀ ਵੱਡੀ ਸ਼ਾਮਲ ਹੈ, ਉਹਦੇ ਵਿੱਚ ਦੁਆਬੇ ਦੀ ਕੁਛ ਬੈਲਟ ਵੀ ਸ਼ਾਮਲ ਹੈ ਤੇ ਉਹਦੇ ਵਿੱਚ ਮਾਝੇ ਦਾ ਵੀ ਕੁਛ ਏਰੀਆ ਸ਼ਾਮਲ ਹੈ ਜੀ। ਇੱਥੋਂ ਜਿਹੜੀ ਇਹ ਮੋਗੇ ਵਾਲੀ ਡੇਅਰੀ ਆ ਜੀ ਇਹ ਦੁੱਧ ਚੁੱਕਦੀ ਫੈਟ ਦੇ ਉੱਤੇ ਜਿਹੜਾ ਜੀ ਕਿਸਾਨਾਂ ਨੂੰ ਇਹ ਪੈਸਾ ਜਿਹੜਾ ਉਹ ਦਿੰਦੀ ਆ ਉਹਨਾਂ ਦੇ ਦੁੱਧ ਦਾ ਮੁੱਲ। ਹੁਣ ਨੈਸਲੇ ਦੇ ਵੱਲੋਂ ਜਿਹਨੇ ਬਿਹਾਰ ਦੇ ਵਿੱਚ ਜਿਹੜੀ ਆ ਜੀ ਇੱਥੇ ਪੰਜਾਬ ਦੇ ਵਿੱਚ ਦੁੱਧ ਦੀ ਸਪਲਾਈ ਜਿਹੜੀ ਆ ਜੀ ਉਹ ਬੰਦ ਕਰ ਦਿੱਤੀ ਹੈ। ਕੰਪਨੀ ਕਹਿੰਦੀ ਹੈ ਕਿ ਦੁੱਧ ਦੀ ਖਪਤ ਜਿਹੜੀ ਉਹ ਘਟਣ ਕਰਕੇ ਸ਼ਹਿਰ ਦੇ ਵਿੱਚੋਂ ਸਪਲਾਈ ਜਿਹੜੀ ਆ ਜੀ ਉਹ ਬੰਦ ਕੀਤੀ ਗਈ ਹੈ। ਜਿਹੜੇ ਦੂਸਰੇ ਮਿਲਕ ਪਲਾਂਟ ਨੇ ਵੇਰਕਾ ਜਾਂ ਟੂਡੇ ਜਾਂ ਰਿਲਾਇੰਸ ਵਾਲੇ ਜਿਹੜੇ ਖਾਸ ਤੌਰ ਦੇ ਉੱਤੇ ਉਹ ਉਹਦੇ ਮੁਕਾਬਲੇ 'ਤੇ ਨੈਸਲੇ ਕੰਪਨੀ ਦਾ ਦੁੱਧ ਜਿਹੜਾ ਜੀ 22 ਰੁਪਈਏ ਮਹਿੰਗਾ ਹੋਣ ਦੇ ਬਾਵਜੂਦ ਸ਼ਹਿਰ ਦੇ ਵਿੱਚ ਕੰਪਨੀ ਦੇ ਦੁੱਧ ਦੀ ਬਹੁਤ ਵੱਡੀ ਮੰਗ ਸੀਗੀ ਜੀ।
ਸੋ ਤੁਸੀਂ ਸਾਰਾ ਇਸ ਮਾਮਲੇ ਜ਼ਰੂਰ ਸਮਝਣਾ ਕਿ ਜਿਹੜੀਆਂ ਕੰਪਨੀਆਂ ਪਿੱਛੇ ਲੱਗੀਆਂ ਹੋਈਆਂ ਨੇ ਜਿਹੜੀਆਂ ਇਸ ਮਾਰਕੀਟ ਨੂੰ ਕੈਪਚਰ ਕਰਨਾ ਚਾਹੁੰਦੀਆਂ ਸੀਗੀਆਂ। ਮੈਨੂੰ ਯਾਦ ਹੈ ਕਿ ਇੱਕ ਵੱਡੀ ਜਿਹੜੀ ਕੰਪਨੀ ਜਿਹੜੀ ਦੁੱਧ ਵੀ ਵੇਚਦੀ ਹੈ ਜਿਹਦਾ ਨਾਂ ਹੁਣੇ ਮੈਂ ਰਿਲਾਇੰਸ ਦਾ ਰਿਹਾ, ਇਹਨਾਂ ਨੇ ਪੋਲਟਰੀ ਦੇ ਵਿੱਚ ਆਉਣਾ ਸੀਗਾ ਕੁਛ ਸਾਲ ਪਹਿਲਾਂ। ਉਦੋਂ ਜਿਹੜਾ ਬਰਡ ਫਲੂ ਦਾ ਬੜਾ ਰੌਲਾ ਜਿਹੜਾ ਜੀ ਪਾ ਗਿਆ, ਜਿੰਨੇ ਜਿਹੜੇ ਪੋਲਟਰੀ ਫਾਰਮ ਸੀਗੇ ਜੀ ਉਹਨਾਂ ਤੋਂ ਸਾਰੇ ਚੂਜ਼ੇ ਮਰਵਾ ਦਿੱਤੇ ਗਏ, ਪੋਲਟਰੀ ਜਿਹੜੀ ਸੀ ਉਹਨਾਂ ਦੀ ਬੰਦ ਹੋ ਗਈ ਤੇ ਇਸ ਕੰਪਨੀ ਦੀ ਪੋਲਟਰੀ ਜਿਹੜੀ ਸੀ ਉਹ ਛਾ ਗਈ। ਤੇ ਇੱਕ ਵਾਰੀ ਜਦੋਂ ਕੋਈ ਮਾਰਕੀਟ ਕੈਪਚਰ ਕਰ ਲੈਂਦਾ ਫਿਰ ਉਹਨੂੰ ਹਟਾਉਣਾ ਜਿਹੜਾ ਜੀ ਉਹ ਔਖਾ। ਸ਼ਾਇਦ ਕਿਤੇ ਨਾ ਕਿਤੇ ਹੁਣ ਇਹ ਕਹਾਣੀ ਤੇ ਸਾਹਮਣੇ ਆ ਹੀ ਰਹੀ ਹੈ ਨਾ ਜੀ ਕਿ ਰੀਜ਼ਨ ਇਹਦੇ ਪਿੱਛੇ ਕੀ ਸੀਗੇ। ਬਿਲਕੁਲ ਜੀ, ਅੰਬਾਨੀਆਂ ਅਡਾਨੀਆਂ ਦੇ ਲੱਗੇ ਹੋਏ ਪੈਸੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਨੂੰ ਨਿਕਲਦੇ ਪਏ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਐਮਰਜੈਂਸੀ ਜਿਹੜੀ ਲੱਗੀ ਸੀ ਉਸ ਦੀ ਅੱਜ ਵਰੇਗੰਢ ਆ ਤੇ ਕਿਤੇ ਵੀ ਇਸ ਦੇ ਬਾਰੇ ਬਹੁਤੀ ਖਾਸ ਗੱਲਬਾਤ ਨਹੀਂ। ਜਿਹੜੀ ਐਮਰਜੈਂਸੀ ਸੀਗੀ ਜੀ 25 June 1975 ਨੂੰ ਜਿਹੜੀ ਉਹ ਲਾਈ ਗਈ ਸੀਗੀ ਔਰ ਅੱਜ ਇਹਦੀ ਵਰੇਗੰਢ ਹੈ ਜੀ। ਜਿਹੜੀ ਜਦੋਂ ਐਮਰਜੈਂਸੀ ਦਾ ਜ਼ਿਕਰ ਚੱਲਦਾ ਤੁਸੀਂ ਵੀ ਜੀ ਖਬਰਾਂ ਤੋਂ ਉਦੋਂ ਪੰਜਾਬ ਦਾ ਜ਼ਿਕਰ ਇਹਦੇ ਵਿੱਚ ਜ਼ਰੂਰ ਚੱਲਦਾ, ਪਰ ਜਿਉਂ ਜਿਉਂ ਜਨਰੇਸ਼ਨ ਜਿਹੜੀ ਇਹਨਾਂ ਦੀ ਇੱਕ ਮੁੱਕ ਰਹੀ ਆ ਤਿਉਂ ਤਿਉਂ ਇਹ ਗੱਲ ਜਿਹੜੀ ਇਹਨਾਂ ਦੀ ਲੋਕਾਂ ਤੋਂ ਦੂਰ ਹੋ ਜਾਣੀ ਆ ਕਿ ਪੰਜਾਬ ਦਾ ਐਮਰਜੈਂਸੀ ਦੇ ਵਿੱਚ ਰੋਲ ਕੀ ਸੀਗਾ ਜੀ। ਇਹਦੇ ਵਿੱਚ ਕੁਛ ਵੀ ਜਿਹੜਾ ਜੀ ਉਹ ਇਤਿਹਾਸਕ ਰੂਪ ਦੇ ਵਿੱਚ ਲਿਖਿਆ ਨਹੀਂ ਗਿਆ। ਜਿਹੜੇ ਨੌਨ ਲੋਕ ਨੇ ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਦੇ ਨੇ, ਪੰਜਾਬ ਦੇ ਉੱਤੇ ਲਿਖਦੇ ਰਹੇ ਨੇ, ਉਹਨਾਂ ਨੇ ਵੀ ਕੁਛ ਜਿਹੜਾ ਜੀ ਬਹੁਤਾ ਐਮਰਜੈਂਸੀ ਦੇ ਬਾਰੇ 'ਚ ਨਹੀਂ ਲਿਖਿਆ। ਇਹ ਐਮਰਜੈਂਸੀ ਸੀ ਜਿਹਦਾ ਵਿਰੋਧ ਪੰਜਾਬ ਨੇ ਕੀਤਾ ਤੇ ਉਹਨੇ ਭੁਗਤਿਆ ਬੜਾ, ਸ਼ਾਇਦ ਅੱਜ ਵੀ ਜਿਹੜਾ ਜੀ ਉਹ ਭੁਗਤ ਰਿਹਾ ਜੀ। ਐਮਰਜੈਂਸੀ ਦੀ ਵਜ੍ਹਾ ਕਰਕੇ ਜਿਹੜਾ ਸੀ ਇਹਦਾ ਵਿਰੋਧ ਕਰਨ ਕਰਕੇ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰਾਂ ਨੇ ਪਾਣੀਆਂ ਦੀ ਵੰਡ ਕਰਤੀ। ਪਾਣੀਆਂ ਦੀ ਵੰਡ ਦੇ ਨਾਲ ਪੰਜਾਬ ਦੇ ਪਾਣੀਆਂ 'ਚ ਅੱਗ ਲੱਗ ਗਈ। ਕਪੂਰੀ ਮੋਰਚਾ, ਕਪੂਰੀ ਮੋਰਚੇ ਤੋਂ ਬਾਅਦ ਧਰਮ ਯੁੱਧ ਮੋਰਚਾ ਜਿਹੜਾ ਸੀਗਾ ਉਹ ਆਇਆ। ਉਸ ਤੋਂ ਬਾਅਦ ਸਰਕਾਰੀ ਤੇ ਗੈਰ ਸਰਕਾਰੀ ਅੱਤਵਾਦ ਨੇ ਪੰਜਾਬ ਨੂੰ ਕਿਵੇਂ ਭੰਨਿਆ, ਸੁਰੱਖਿਆ ਫੋਰਸਿਸ ਨੇ ਇੱਥੇ ਕੀ ਕੁਛ ਕੀਤਾ, ਉਹਦੇ ਵਿੱਚੋਂ ਸਾਕਾ ਨੀਲਾ ਤਾਰਾ ਨਿਕਲਿਆ। ਉਹ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਹ ਤੋਂ ਬਾਅਦ 1984 ਦਾ ਜਿਹੜਾ ਸੀਗਾ ਉਹ ਕਤਲੇਆਮ ਹੋਇਆ। ਕਿਤੇ ਨਾ ਕਿਤੇ ਇਹ ਸਾਰਾ ਕੁਛ ਜੁੜਿਆ ਹੋਇਆ ਤਾਂ ਉਸ ਐਮਰਜੈਂਸੀ ਦੇ ਨਾਲ ਹੈ ਜੀ, ਪਰ ਇਹਨੂੰ ਜਿਹੜਾ ਜੀ ਰਿਲੇਟ ਕੋਰਲੇਟ ਜਿਹੜਾ ਕਰਕੇ ਨਹੀਂ ਦੇਖਿਆ ਗਿਆ। ਸਵਾਲਾਂ ਦਾ ਸਵਾਲ ਇਹ ਹੈ ਕਿ ਜਦੋਂ ਕੁਛ ਸਾਲਾਂ ਤੋਂ ਬਾਅਦ ਇਹ ਐਮਰਜੈਂਸੀ ਦੀ ਜਿਹੜੀ ਗੱਲ ਹੋਇਆ ਕਰੂਗੀ ਤਾਂ ਇਹਦੇ ਇਤਿਹਾਸ ਦੇ ਨਾਂ ਦੇ ਉੱਤੇ ਸ਼ਾਇਦ ਕੁਝ ਵੀ ਜਿਹੜਾ ਜੀ ਉਹ ਲੱਭਿਆ ਨਹੀਂ ਕਰੂਗਾ ਕਿ ਪੰਜਾਬ ਦਾ ਇਹਦੇ ਵਿੱਚ ਕੀ ਰੋਲ ਸੀਗਾ, ਪੰਜਾਬ ਨੇ ਇਹਦੀ ਕਿਵੇਂ ਵਿਰੋਧਤਾ ਕੀਤੀ ਤੇ ਮੁੜ ਕੇ ਪੰਜਾਬ ਨੇ ਇਹਨੂੰ ਭੁਗਤਿਆ ਕਿਵੇਂ ਜੀ। ਜੀ ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅੰਮ੍ਰਿਤਸਰ ਨੂੰ IIM ਦੀ ਪ੍ਰਵਾਨਗੀ। IIM ਜਿਹੜਾ ਐਮ ਹੈ ਜੀ ਇਹਦਾ ਐਲਾਨ ਕੀਤਾ ਸੀਗਾ ਵਿੱਤ ਮੰਤਰੀ ਅਰੁਣ ਜੇਤਲੀ ਹੋਰਾਂ ਨੇ ਪਿਛਲੇ ਜਿਹੜਾ ਦੀ ਸਾਲ। ਦੇਸ਼ ਦੇ ਵਿੱਚ ਇਸ ਵੇਲੇ 13 IIM ਜਿਹੜੇ ਉਹ ਹੈਗੇ ਨੇ, ਹੁਣ 6 ਜਿਹੜੇ ਨੇ ਉਹ ਹੋਰ ਸਥਾਪਿਤ ਕੀਤੇ ਜਾ ਰਹੇ ਨੇ ਸੈਂਟਰ ਦੀ ਸਰਕਾਰ ਦੇ ਵੱਲੋਂ। ਇਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਜਿਹੜਾ ਦੀ ਉਹ ਸਥਾਪਿਤ ਕੀਤਾ ਜਾ ਰਿਹਾ। ਇਹ ਵੱਡੀ ਮੰਗ ਸੀਗੀ ਜੀ ਪੰਜਾਬ ਦੀ, ਜਿਹੜਾ ਇਹ IIM ਆਊਗਾ ਇਹਦੇ ਵਿੱਚ 140 ਵਿਦਿਆਰਥੀ ਜਿਹੜੇ ਨੇ ਜੀ ਉਹ ਪੋਸਟ ਗ੍ਰੈਜੂਏਟ ਕੋਰਸਾਂ ਦੇ ਵਾਸਤੇ ਕੈਟ ਦੀ ਦਾਖਲਾ ਜਿਹੜੀ ਪ੍ਰੀਖਿਆ ਉਹਦੇ ਰਾਹੀਂ ਸ਼ਾਮਿਲ ਹੋਣਗੇ ਔਰ 17 ਸਾਲਾਂ ਤੋਂ ਬਾਅਦ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਹੈ ਜੀ ਉਹ 560 ਤੱਕ ਪਹੁੰਚੂਗੀ। ਜਿਹੜੇ ਬਾਕੀ ਸੂਬਿਆਂ ਨੂੰ ਇਹ IIM ਮਿਲੇ ਨੇ ਉਹਦੇ 'ਚ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਸ਼ਾਮਿਲ ਹੈ, ਬੋਧ ਗਿਆ ਸ਼ਾਮਿਲ ਹੈ, ਸਿਰਮੌਰ ਜਿਹੜਾ ਜੀ ਇਹ ਸ਼ਾਮਿਲ ਹੈ, ਨਾਗਪੁਰ ਮਹਾਰਾਸ਼ਟਰ ਦਾ ਸ਼ਾਮਿਲ ਹੈ ਤੇ ਸੱਬਲਪੁਰ ਉੜੀਸਾ ਦਾ ਜਿਹੜਾ ਜੀ ਉਹ ਸ਼ਾਮਿਲ ਹੈ। ਜਿਹੜੀ ਕੈਬਨਿਟ ਹੈ ਜੀ ਉਹਨੇ ਇਹਦੀ ਪ੍ਰਵਾਨਗੀ ਜਿਹੜੀ ਹੈ ਕੱਲ 6 ਜਿਹੜੇ IIM ਨੇ ਇਹਦੀ ਦਿੱਤੀ ਹੈ ਜੀ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੁੱਖਾ ਕਾਂਡ ਦੇ ਵਿੱਚ ਪੁਲਿਸ ਤਬਾਦਲੇ ਹੀ ਹੋਏ, ਜਿਹੜੇ ਪੁਲਿਸ ਸਸਪੈਂਡ ਕਰਨ ਦੀ ਗੱਲਾਂ ਕਰਦੇ ਸੀ ਉਹ ਕੁਛ ਵੀ ਨਾ ਹੋਇਆ। ਜਿਹੜੇ ਗੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮੁੱਖੇ ਦੇ ਘਰ ਜਾ ਕੇ ਆਖੀ ਸੀਗੀ ਕਿ ਉਹਨਾਂ ਨੂੰ ਮੁਅੱਤਲ ਕਰਤਾ ਗਿਆ, ਸਸਪੈਂਡ ਜਿਹੜਾ ਜੀ ਉਹ ਕਰਤਾ ਗਿਆ, ਉਹਨਾਂ ਕਿਹਾ ਮੈਂ ਹੁਕਮ ਦਿੱਤੇ ਸੀਗੇ, ਪਰ ਏਦਾਂ ਦਾ ਕੁਛ ਵੀ ਨਹੀਂ ਹੋਇਆ। ਜਿਹੜੇ ਇਸ ਕਾਂਡ ਦੇ ਨਾਲ ਸੰਬੰਧਿਤ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਜੀ ਉਹਨਾਂ ਦੇ ਤਬਾਦਲੇ ਜਿਹੜੇ ਨੇ ਉਹ ਕੀਤੇ ਗਏ ਨੇ, 10 ਦੇ ਕਰੀਬ ਜਿਹੜੇ ਜੀ ਇਹ ਸ਼ਾਮਿਲ ਨੇ। ਇਹਨਾਂ ਨੂੰ ਜਿਹੜਾ ਜੀ 3 ਵੱਖ ਵੱਖ ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੇ ਵਿੱਚ ਭੇਜਿਆ ਗਿਆ ਔਰ ਇਹਨੂੰ ਲੈ ਕੇ ਜਿਹੜੇ ਮੁਕਾਬਲੇ ਨੂੰ ਲੈ ਕੇ ਜਿਹੜੀਆਂ ਦੰਦ ਕਥਾਵਾਂ ਅਫਵਾਹਾਂ ਜਿਹੜੀਆਂ ਨੇ ਉਹ ਥੰਮਣ ਦਾ ਨਾਂ ਨਹੀਂ ਲੈ ਰਹੀਆਂ, ਉਹ ਉਸੇ ਤਰੀਕੇ ਦੇ ਨਾਲ ਜਿਹੜੀਆਂ ਜੀ ਉਹ ਜਾਰੀ ਨੇ ਕਿ ਅਸਲ ਦੇ ਵਿੱਚ ਇਸ ਮੁਕਾਬਲੇ ਦੇ ਵਿੱਚ ਹੋਇਆ ਜਿਹੜਾ ਜੀ ਉਹ ਕੀ।
ਜਿਹੜੀ SIT ਬਣਾਈ ਗਈ ਆ ਉਹਦੇ ਵੱਲੋਂ ਜਿਹੜਾ ਜੀ ਕੱਲ ਇੱਕ ਅਪੀਲ ਕੀਤੀ ਗਈ ਸੀ ਕਿ ਜਿਹੜੇ ਚਸ਼ਮਦੀਦ ਗਵਾਹ ਨੇ ਉਹਦੀ ਸਾਹਮਣੇ ਆ ਕੇ ਇਹਨੂੰ ਦੱਸਣ ਕਿ ਉਦੋਂ ਕੀ ਹੋਇਆ ਸੀਗਾ। ਹੁਣ ਜਿਹੜੀ ਪੁਲਿਸ ਨੇ ਮੁਕਾਬਲਾ ਬਣਾਇਆ ਉਹੀ ਪੁਲਿਸ ਜਿਹੜੀ ਹੈ ਜੀ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ, ਉਹਨੂੰ ਆ ਕੇ ਲੋਕ ਜਿਹੜੇ ਨੇ ਚਸ਼ਮਦੀਦ ਗਵਾਹ ਜਿਹੜੇ ਨੇ ਉਹ ਕਿਵੇਂ ਆ ਕੇ ਦੱਸਣਗੇ। ਹੈਰਾਨੀ ਵਾਲੀ ਗੱਲ ਆ ਜੀ, ਕੋਈ ਵੀ ਜਿਹੜਾ ਜੀ ਕਿਹੜਾ ਬੋਗਲੇ ਸਿੰਘਾਂ ਨੂੰ ਜਿਹੜਾ ਉਹ ਹੱਥ ਲਾਊਗਾ। ਪਰ ਦੂਜੇ ਪਾਸੇ ਜਿਹੜੇ ਉੱਥੋਂ ਦੇ ਅਕਾਲੀ ਕੁਛ ਨੇਤਾ ਦੇ ਲੋਕਲ ਤੇ ਮੁੱਖੇ ਦੇ ਪਰਿਵਾਰ ਵਾਲੇ ਉਹ ਇਹ ਕਹੀ ਜਾਂਦੇ ਨੇ ਕਿ ਜਿਹੜੀ SIT ਵਾਲੇ ਨੇ ਉਹ ਉਹਨਾਂ ਲੋਕਾਂ ਨਾਲ ਤਾਂ ਗੱਲ ਹੀ ਨਹੀਂ ਕਰ ਰਹੇ ਜਿਨ੍ਹਾਂ ਨੇ ਇਹ ਬਹੁਤਾ ਕੁਛ ਵੇਖਿਆ, ਜਿਹੜੇ ਕਿ ਮੁੱਖੇ ਨੂੰ ਲਾਸਟ ਦੇ ਵਿੱਚ ਮਿਲੇ ਸਨ ਉਹਦੇ ਵਿੱਚ ਉਹਦਾ ਇੱਕ ਦੋਸਤ ਵੀ ਸ਼ਾਮਿਲ ਹੈ ਜਿਹੜਾ ਕਹਿੰਦਾ ਕਿ ਉਹਦੇ ਲਾਇਸੈਂਸ ਪਲੇਟ ਗੱਡੀ ਨੂੰ ਲੱਗੀਆਂ ਹੋਈਆਂ ਸੀ ਇੱਕ ਪੈਟਰੋਲ ਪੰਪ ਦੇ ਉੱਤੇ ਜਿੱਥੇ ਉਹਨੇ ਹਵਾ ਜਿਹੜੀ ਹੈ ਗੱਡੀ ਦੀ ਚੈੱਕ ਕਰਾਈ ਹੈ। ਉੱਥੋਂ ਵਾਲਾ ਜਿਹੜਾ ਮੁੰਡਾ ਉਹ ਵੀ ਕਹਿੰਦਾ ਕਿ ਉਹਦੇ ਲਾਇਸੈਂਸ ਪਲੇਟ ਲੱਗੀਆਂ ਹੋਈਆਂ ਸੀ, ਪਰ SIT ਜਿਹੜੀ ਹੈ ਜੀ ਉਹ ਇੰਟਰਸਟਿਡ ਨਹੀਂ ਇਹਨਾਂ ਲੋਕਾਂ ਦੇ ਨਾਲ ਗੱਲ ਕਰਨ ਦੇ ਵਾਸਤੇ। ਉਹ ਗੱਲ ਉਹਨਾਂ ਦੇ ਨਾਲ ਹੀ ਕਰ ਰਹੀ ਹੈ ਜਿਨ੍ਹਾਂ ਨੇ ਮੁੱਖੇ ਨੂੰ ਜਿਹੜਾ ਜੀ ਉਹ ਵੇਖਿਆ ਨਹੀਂ, ਭਾਵ ਕਿ ਇਹ ਮਾਮਲਾ ਜਿਹੜਾ ਜੀ ਠੰਡਾ ਹੋਣ ਦੀ ਬਜਾਏ ਹੋਰ ਜਿਹੜਾ ਜੀ ਉਹ ਤੱਤਾ ਹੋਈ ਜਾ ਰਿਹਾ। ਮੈਂ ਅੱਗੇ ਵੀ ਤੁਹਾਨੂੰ ਇੱਕ ਇਸ਼ਾਰਾ ਕੀਤਾ ਸੀਗਾ ਕਿ ਜਿਹੜੇ ਉੱਥੋਂ ਦੇ ਕੁਛ ਪੁਲਿਸ ਵਾਲੇ ਨੇ ਜਿਹੜੇ ਖੁਫੀਆ ਦੇ ਵਿੱਚ ਵੀ ਆਉਂਦੇ ਨੇ ਜੀ, ਉਹ ਇਹ ਕਹਿੰਦੇ ਨੇ ਕਿ ਇਹਦੇ ਪਿੱਛੇ ਵੱਡੇ ਦੋ ਲੋਕਾਂ ਦਾ ਹੱਥ ਜਿਹੜਾ ਜੀ ਹੈ, ਇੱਕ ਪੰਜਾਬ ਲੈਵਲ ਦੇ ਨੇਤਾ ਦਾ ਤੇ ਇੱਕ ਮਾਝੇ ਲੈਵਲ ਦੇ ਨੇਤਾ ਦਾ। ਜੀ 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 ਸ਼ਾਇਦ ਇਸ਼ਾਰਾ ਸਮਝ ਰਹੇ ਨੇ ਲੋਕ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਵਾਲਿਆਂ ਦੀਆਂ ਜਿਹੜੀਆਂ ਬੱਸਾਂ ਆ ਉਹ ਢੋ ਰਹੀਆਂ ਨੇ ਪੋਸਟ ਵਗੈਰਾ ਸਾਰੇ ਨਸ਼ੇ ਰਾਜਸਥਾਨ ਤੋਂ। ਮਾਮਲਾ ਤਾਂ ਜੀ ਇਹ ਬੜੀ ਵਾਰੀ ਪਹਿਲਾਂ ਵੀ ਸਾਹਮਣੇ ਆਇਆ। ਜਿਹੜੀ ਪੁਲਿਸ ਹੈ ਉਹ ਕੀ ਕਰਦੀ ਹੈ ਜੀ, ਜਿਹੜੇ ਇਹ ਭੁੱਕੀ ਲੈ ਕੇ ਆਉਂਦੇ ਨੇ ਜਿਨ੍ਹਾਂ ਨੂੰ ਗਾਂਹ ਵੇਚੀ ਜਾਂਦੀ ਹੈ ਉਹਨਾਂ ਦੇ ਵਿੱਚੋਂ ਥੋੜੇ ਬਹੁਤੇ ਜਿਹੜੇ ਨੇ ਉਹ ਫੜ ਲਏ ਜਾਂਦੇ ਨੇ। ਮੁੱਖ ਮੰਤਰੀ ਦੇ ਜਿਹੜੇ ਨੇੜਲੇ ਅਕਾਲੀ ਆਗੂ ਨੇ ਉਹਨਾਂ ਦੇ ਬੱਸਾਂ ਦੇ ਜ਼ਰੀਏ ਹਰੀਪੁਰ ਤੋਂ ਰੋਜ਼ ਪੋਸਟ ਜਿਹੜਾ ਜੀ ਉਹ ਲੰਬੀ ਦੇ ਵਿੱਚ ਜਿਹੜਾ ਉਹ ਆਉਂਦਾ, ਔਰ ਇਹ ਲੰਬੀ ਦੇ ਵਿੱਚ ਜਿਹੜਾ ਪੋਸਟ ਆਉਂਦਾ ਜੀ ਇਹ ਅਹਿਮ ਅਕਾਲੀ ਜਿਹੜੇ ਨੇਤਾ ਨੇ ਉਹਨਾਂ ਦੀਆਂ ਬੱਸਾਂ ਦੇ ਉੱਤੇ ਆਉਂਦਾ। ਅੱਜ ਤੱਕ ਜਿਹੜੀ ਹੈ ਜੀ ਕੋਈ ਕਾਰਵਾਈ ਜਿਹੜੀ ਇਹਦੇ ਉੱਤੇ ਨਹੀਂ ਕੀਤੀ ਗਈ। ਕੰਦੂਖੇੜਾ ਪੁਲਿਸ ਜਿਹੜੀ ਹੈ ਜੀ ਉਹ ਨਾਕੇ ਉਹਨੇ ਲਾ ਕੇ ਛਾਪਾ ਮਾਰ ਕੇ ਕਰਮਚਾਰੀਆਂ ਦੇ ਖਿਲਾਫ ਭਾਗੀ ਕਾਰਵਾਈ ਕੀਤੀ ਹੈ, ਪਰ ਪੰਜਾਬ ਨੂੰ ਪੋਸਟ ਦੇ ਦਲ ਦੇ ਵਿੱਚ ਧੱਕਣ ਵਾਲੇ ਅਕਾਲੀ ਆਗੂ ਦੀਆਂ ਬੱਸਾਂ ਦੇ ਉੱਤੇ ਕੋਈ ਕਾਰਵਾਈ ਕਰਨੀ ਉਹਨੇ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਮਹਿਸੂਸ ਜਿਹੜਾ ਉਹ ਕੀਤੀ। ਇਹ ਪਤਾ ਲੱਗਾ ਕਿ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਚਾਰ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਦੀ ਗੱਲ ਤਾਂ ਕਹਿ ਰਹੇ ਨੇ। ਹਰੀਪੁਰਾ ਤੋਂ ਬੱਸਾਂ ਦੇ ਰਾਹੀਂ ਪੋਸਟ ਲੰਬੀ ਆਉਣ ਦਾ ਸਿਲਸਿਲਾ ਜਿਹੜਾ ਜੀ ਉਹ ਬਾਦਸਤੂਰ ਜਾਰੀ ਹੈ। ਪਿੰਡ ਕੰਦੂਖੇੜਾ ਦੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਨਾਕੇ ਦੇ ਉੱਤੇ ਛਾਪੇ ਮੌਕੇ ਹਰੀਪੁਰਾ ਤੇ ਪੋਸਟੀਆਂ ਦੀ ਭਰੀ ਇੱਕ ਬੱਸ ਵੀ ਹਰੀਪੁਰਾ ਦੇ ਵੱਲੋਂ ਕੰਦੂਖੇੜਾ ਨਾਕੇ ਤੇ ਪਹੁੰਚੀ, ਜਿਹਦੀ ਪੜਤਾਲ ਦੇ ਦੌਰਾਨ ਜਿਹੜੇ ਮੁਸਾਫਰ ਸੀ ਉਹਨਾਂ ਨੇ ਪੋਸਟ ਦੇ ਪੈਕਟ ਉਹਨਾਂ ਤੋਂ ਮਿਲੇ। ਪਰ ਪੁਲਿਸ ਨੇ ਕੀ ਕੀਤਾ ਜੀ ਕਿ ਜਿਹੜਾ ਇੱਕ ਇਹ ਅਕਾਲੀ ਆਗੂ ਦੀ ਬੱਸ ਸੀਗੀ ਉਹਨੂੰ ਤਾਂ ਉੱਥੋਂ ਤੋੜ ਦਿੱਤਾ, ਜਿਹੜੇ ਪੋਸਟੀ ਸੀਗੇ ਉਹਨਾਂ ਨੂੰ ਲਾ ਲਿਆ, ਬੱਸ ਦਾ ਬੱਸ ਦੇ ਉੱਤੇ ਕੁਛ ਵੀ ਜਿਹੜਾ ਜੀ ਉਹ ਨਹੀਂ ਕੀਤਾ, ਭਾਵ ਕਿ ਉਹਦੇ ਉੱਤੇ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕੀਤੀ। ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿਹਾ ਜਾਂਦਾ ਜੀ ਕਿ ਇਹ ਬੱਸਾਂ ਦੇ ਉੱਤੇ ਹੀ ਢੋਆ ਢੁਆਈ ਜਿਹੜੀ ਹੈ ਜੀ ਉਹ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ ਹੋ ਰਹੀ ਹੈ, ਉਹਨੂੰ ਰੋਕਣ ਦਾ ਕੋਈ ਯਤਨ ਨਹੀਂ ਹੋ ਰਿਹਾ ਜੀ। ਗੱਲ ਉਹੀ ਹੈ ਨਾ ਜੀ ਕਿ ਕੌਣ ਉਹਨੂੰ ਹੱਥ ਲਾਊਗਾ, ਸਭ ਨੂੰ ਪਤਾ ਕਿ ਇਹ ਬੱਸਾਂ ਜਿਹੜੀਆਂ ਉਹ ਕਿਹਦੀਆਂ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜੇ ਆ ਪ੍ਰਕਾਸ਼ ਬਾਦਲ ਹੋਣਾ ਦੇ ਜਿਹੜੇ ਧੰਨਵਾਦੀ ਦੌਰੇ ਨੇ ਉਹਨਾਂ ਦੇ ਵੱਖ ਵੱਖ ਅਰਥ ਜਿਹੜੇ ਆ ਕੱਢੇ ਜਾ ਰਹੇ ਨੇ। ਬਿਲਕੁਲ, ਐਕਚੁਲੀ ਅੱਜ ਪ੍ਰਕਾਸ਼ ਸਿੰਘ ਬਾਦਲ ਹੋਰੀ ਫੇਰ ਧੂਰੀ ਦੇ ਤੀਜੇ ਧੰਨਵਾਦੀ ਦੌਰੇ ਦੇ ਉੱਤੇ ਨੇ ਜੀ। ਜੀ, ਔਰ ਉਹ ਵਾਰਡ ਵਾਰਡ ਦੇ ਉੱਤੇ ਜਿਹੜਾ ਜੀ ਉਹ ਜਾਣਗੇ, ਘਰ ਘਰ ਜਿਹੜਾ ਜੀ ਉਹ ਜਾਣਗੇ। ਇੰਨਾ ਤਾਂ ਪੰਜਾਬ ਦੇ ਵਿੱਚ ਕਿਸੇ ਪਹਿਲਾਂ ਹਲਕੇ ਦੇ ਉਹਨਾਂ ਨੇ ਧੰਨਵਾਦੀ ਦੌਰੇ ਨਹੀਂ ਕੀਤੇ, ਧੂਰੀ ਦੇ ਤੀਜਾ ਧੰਨਵਾਦੀ ਦੌਰਾ ਜਿਹੜਾ ਜੀ ਕਿਉਂ, ਗਿੱਦੜਬਾਹਾ ਤੇ ਲੰਬੀ ਦੇ ਕੰਟੀਨਿਊਸ ਜਿਹੜੇ ਉਹ ਧੰਨਵਾਦੀ ਦੌਰੇ ਕਿਉਂ, ਜਿਹੜੇ ਕਿ ਸ਼ਾਇਦ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਕਰਦੇ ਆ ਕਿ ਪੰਜਾਬ ਦੇ ਵਿੱਚ ਚੋਣਾਂ ਦੀ ਸੁਗਬਰਾਹਟ ਜਿਹੜੀ ਹੈ ਜੀ 17 ਤੋਂ ਪਹਿਲਾਂ ਹੋ ਸਕਦੀ ਹੈ। ਇਹ ਕਿਹਾ ਜਾ ਰਿਹਾ ਜੀ, ਕੁਛ ਕਨਸੋਆਂ ਜਿਹੜੀਆਂ ਦੱਸਦੀਆਂ ਨੇ ਕਿ ਧੂਰੀ ਤੋਂ ਸੁਖਬੀਰ ਸਿੰਘ ਬਾਦਲ ਹੁਰੀ ਜਿਹੜੇ ਉਹ ਵਿਧਾਨ ਸਭਾ ਦੇ ਜਿਹੜੇ ਹੈ ਜੀ ਉਹ ਕੈਂਡੀਡੇਟ ਹੋ ਸਕਦੇ ਨੇ, ਜਿਹੜੇ ਕੁਛ ਸੂਤਰ ਨੇ ਉਹ ਦੱਸਦੇ ਨੇ, ਜਿਹਦੀ ਵਜ੍ਹਾ ਕਰਕੇ ਇਹ ਤੀਜਾ ਧੰਨਵਾਦੀ ਦੌਰਾ ਜਿਹੜਾ ਜੀ ਉਹ ਰੱਖ ਲਿਆ ਗਿਆ ਧੂਰੀ ਦਾ। ਔਰ ਜਿਹੜੀਆਂ ਕਨਸੋਆਂ ਨੇ ਉਹ ਇਹ ਵੀ ਮਿਲ ਰਹੀਆਂ ਨੇ ਕਿ ਕਾਂਗਰਸ ਜਿਹੜੀ ਪਾਟੋ ਧਾੜ ਹੈ, ਆਪਾਂ ਰੋਜ਼ ਖਬਰਾਂ ਸਾਂਝੀਆਂ ਕਰਦੇ ਹਾਂ, ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਸ ਦੇ ਵਿੱਚ ਬਹਿੰਦੇ ਨੀਗੇ ਮਿਲ ਕੇ,
ਆਮ ਆਦਮੀ ਪਾਰਟੀ ਜਿਹੜੀ ਆ ਉਹ ਉਹਦਾ ਅਜੇ ਢਾਂਚਾ ਹੀ ਪਤਾ ਨਹੀਂ ਗਾ ਜੀ, ਉਹਦੀ ਲੀਡਰਸ਼ਿਪ ਦੇ ਵਿੱਚ ਆਪਣੇ ਜਿਹੜੇ ਵਖਰੇਵੇਂ ਨੇ ਉਹ ਪਏ ਹੋਏ ਨੇ। ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੀ ਪਿੱਛੇ ਦੇ ਕੋਈ ਯਾਤਰਾ ਕਰਦੇ ਸੀ, ਉਦੋਂ ਬਾਅਦ ਠੰਡੇ ਹੋ ਗਏ, ਬਹਿ ਗਏ, ਪਤਾ ਨਹੀਂ ਕਿੱਥੇ ਜਿਹੜਾ ਜੀ ਉਹ ਚਲੇ ਗਏ। ਨਾ ਤਾਂ ਕੋਈ ਢਾਂਚਾ ਸਾਹਮਣੇ ਆਇਆ, ਨਾ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੇ ਜੀ ਉਹ ਸਾਹਮਣੇ ਆਏ। ਜਿਹੜੀ ਸੱਤਾਧਾਰੀ ਧਿਰ ਆ ਅਕਾਲੀ ਦਲ, ਉਹਦੇ ਵਿੱਚ ਇੱਕ ਜਿਹੜੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਕੁਝ ਸਾਥੀ ਜਿਹੜੇ ਸਮਝਦੇ ਨੇ ਕਿ ਇਹ ਬਿਹਤਰੀਨ ਸਮਾਂ ਹੋ ਸਕਦਾ। ਇੱਕ ਤਾਂ ਉਹ ਇਹ ਵੀ ਸਮਝਦੇ ਨੇ ਕਿ ਅਕਾਲੀ ਦਲ ਦੀ ਜਿਹੜੀ ਸ਼ਾਖ ਹੈ ਉਹ ਡਿੱਗ ਰਹੀ ਹੈ ਤੇ 17 ਤੱਕ ਇਹ ਜ਼ਿਆਦਾ ਡਿੱਗ ਸਕਦੀ ਹੈ, ਉਹ ਤੋਂ ਪਹਿਲਾਂ ਡੈਮੇਜ ਕੰਟਰੋਲ ਕੀਤਾ ਜਾਵੇ। ਜਿਹੜੀਆਂ ਵੱਖ ਵੱਖ ਸਿਆਸੀ ਧਿਰਾਂ ਨੇ ਉਹਨਾਂ ਦੀ ਆਪਸੀ ਪਾਟੋ ਧਾੜ ਦਾ ਲਾਹਾ ਜਿਹੜਾ ਜੀ ਉਹ ਲੈ ਕੇ ਇਹ ਚੋਣਾਂ ਸਮੇਂ ਤੋਂ ਪਹਿਲਾਂ ਜਿਹੜੀਆਂ ਉਹ ਕਰਵਾ ਦਿੱਤੀਆਂ ਜਾਣ। ਸਵਾਲ ਇਹ ਹੈ ਕਿ ਸਮੇਂ ਤੋਂ ਕਿੰਨਾ ਪਹਿਲਾਂ ਜਿਹੜੀਆਂ ਜੀ ਇਹ ਚੋਣਾਂ ਹੋਣਗੀਆਂ। ਕੁਝ ਜਿਹੜੇ ਸੂਤਰ ਨੇ ਉਹ ਦੱਸਦੇ ਨੇ ਕਿ ਇਹ ਚੋਣਾਂ ਜਿਹੜੀਆਂ ਨੇ ਨਵੇਂ ਸਾਲ ਦੇ ਵਿੱਚ ਹੀ ਜਿਹੜਾ ਉਹ ਹੋ ਸਕਦੀਆਂ ਨੇ, ਭਾਵ ਕਿ 16 ਦੇ ਵਿੱਚ, ਪਹਿਲੀ ਤਿਮਾਹੀ ਦੇ ਵਿੱਚ, ਜੇ ਇਹਨਾਂ ਸੂਤਰਾਂ ਦੀ ਜਿਹੜੀ ਹੈ ਜੀ ਉਹ ਗੱਲ ਮੰਨੀਏ ਕਿ ਜਿਹੜਾ ਅਕਾਲੀ ਦਲ ਹੈ ਜੀ ਉਹ ਇਹਦਾ ਲਾਹਾ ਲਊਗਾ ਇਹ ਸੀ ਪਾਟੋ ਧਾੜ ਦਾ ਜਿਹੜੀ ਦੋ ਵਿਰੋਧੀ ਧਿਰਾਂ ਨੇ ਉਹਨਾਂ ਵਿੱਚ। ਜੀ 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 ਬਿਲਕੁਲ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਸਿੱਖਿਆ ਮੰਤਰੀ ਵੱਲੋਂ ਟੈਸਟ ਲਿਆ ਗਿਆ ਅੰਗਰੇਜ਼ੀ ਅਧਿਆਪਕਾਂ ਦਾ ਅਤੇ ਬਹੁਤੇ ਜਿਹੜੇ ਆ ਫੇਲ ਹੋਏ, ਅਤੇ ਇਹ ਤਾਂ ਦਾਅਵੇ ਕਰਦੇ ਨੇ ਵੀ ਮਿਆਰੀ ਸਿੱਖਿਆ ਜਿਹੜੀ ਹਰ ਜਗ੍ਹਾ ਮਿਲ ਰਹੀ ਹੈ। ਜੀ ਉਹਨਾਂ ਨੇ ਐਕਚੁਲੀ ਇਹ ਪਾਇਆ ਕਿ ਸੁਝਾਅ ਆਪਣੇ ਜਿਹੜੇ ਇੰਗਲਿਸ਼ ਦੇ ਟੀਚਰਾਂ ਨੂੰ ਕਿਹਾ ਕਿ ਦਿਓ ਕਿ ਕਿਵੇਂ ਜਿਹੜੀ ਸਿੱਖਿਆ ਉਹ ਬਿਹਤਰ ਬਣਾਈ ਜਾ ਸਕਦੀ ਹੈ, ਤੇ ਜਿਹੜੇ ਉਹਨਾਂ ਨੇ ਸੁਝਾਅ ਦਿੱਤੇ ਜੀ ਉਹਦੇ ਵਿੱਚ ਜਿਹੜੇ ਉਹਨਾਂ ਦੇ ਸਪੈਲਿੰਗ ਸੀਗੇ ਉਹ ਬੜੇ ਕਮਾਲ ਦੇ ਸੀਗੇ ਜੀ, ਟੀਚਰਸ ਦੇ, ਇੰਗਲਿਸ਼ ਦੇ ਟੀਚਰਸ ਦੇ ਕਿਸੇ ਦੀ ਜਿਹੜਾ ਸਪੈਲਿੰਗ ਉਹ ਸਹੀ ਨਹੀਂ ਸੀਗੇ, ਔਰ ਅਜੀਬੋ ਗਰੀਬ ਜਿਹੜੇ ਸਪੈਲਿੰਗ ਸੀ ਉਹਨਾਂ ਨੇ ਦੱਸੇ ਜਿਹੜੇ ਪਹਿਲਾਂ ਇੰਗਲਿਸ਼ ਦੇ ਵਿੱਚ ਕਦੀ ਸੁਣੇ ਹੀ ਨਹੀਂ ਗਏ। ਜਿਹੜੇ ਦਲਜੀਤ ਸਿੰਘ ਚੀਮਾ ਹੋਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਟੀਚਰ ਹੀ ਜਿਹੜੇ ਆ ਉਹਨਾਂ ਨੂੰ ਸਪੈਲਿੰਗ ਨਹੀਂ ਆਉਂਦੇ ਤੇ ਉਹ ਬੱਚਿਆਂ ਨੂੰ ਜਿਹੜੇ ਆ ਜੀ ਉਹ ਸਪੈਲਿੰਗ ਕੀ ਸਿਖਾਉਣਗੇ ਜੀ। ਇੱਕ ਮੇਰੇ ਮਿੱਤਰ ਨੇ ਜੀ ਉਹ ਚੁਟਕੀ ਲੈ ਰਹੇ ਸਨ ਕੱਲ੍ਹ, ਉਹ ਕਹਿੰਦੇ ਜੀ ਚਲੋ ਸ਼ੁਕਰ ਹੈ ਇਹ ਜਿਹੜਾ ਟੈਸਟ ਹੈ ਉਹ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਲਿਆ, ਇਹ ਤੋਂ ਪਹਿਲਾਂ ਜਿਹੜੇ ਸਿੱਖਿਆ ਮੰਤਰੀ ਸੀ ਮਲੂਕਾ ਸਾਹਿਬ ਕਿਤੇ ਉਹਨਾਂ ਨੇ ਨਹੀਂ ਲੈ ਲਿਆ। ਜੀ ਬਿਲਕੁਲ ਬਿਲਕੁਲ। ਅਤੇ ਅਗਲੀ ਜੇ ਆਪਾਂ ਇੱਕ ਗੱਲ ਕਰੀਏ ਵੀ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਨਾਂ ਦੇ ਵੱਲੋਂ ਦਬਾਅ 'ਚ ਪਾਇਆ ਜਾ ਰਿਹਾ ਇੱਕ ਸੁਪਰੀਮ ਕੋਰਟ ਦੇ ਵਕੀਲ ਰੋਹਨੀ ਉਹਨਾਂ ਦੇ ਉੱਤੇ, ਜੋ ਕਿ ਮਾਲੇਗਾਓਂ ਦੇ 2008 ਦੇ ਬਲਾਸਟ ਆ ਉਹਨਾਂ ਦਾ ਉਹਨਾਂ ਦੇ ਪ੍ਰੋਸੀਕਿਊਟਰ ਆ, ਵੀ ਇਹ ਜਿਹੜੇ ਐਕਸਟ੍ਰੀਮਿਸਟ ਨੇ, ਹਿੰਦੂ ਐਕਸਟ੍ਰੀਮਿਸਟ ਨੇ, ਇਹਨਾਂ ਦੇ ਵੱਲ ਜਿਹੜਾ ਨਰਮ ਰੁੱਖ ਰੱਖਣ। ਐਕਚੁਅਲੀ ਉਹ ਤਾਂ ਰੁੱਖ ਤਾਂ ਜਿਹੜਾ ਜੀ ਦੀਦਾ ਹੀ ਆ, ਹਾਲਾਂਕਿ ਜਿਹੜੇ ਇਹ ਜਿਹੜੇ ਹਿੰਦੂ ਕੁਛ ਜਿਹੜੀਆਂ ਅੱਤਵਾਦੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ, ਜਿਹੜੇ ਜਿਹਨਾਂ ਦੇ ਜੇਲ੍ਹ ਦੇ ਵਿੱਚ ਨੇ, ਉਹਨਾਂ ਨੂੰ ਰਾਹਤ ਤਾਂ ਕੋਈ ਨਹੀਂ ਹੈਗੀ ਜੀ, ਉਹ ਅਜੇ ਵੀ ਜਿਹੜੇ ਜੇਲ੍ਹ ਦੇ ਅੰਦਰ ਹੀ ਨੇ। ਉਹਨਾਂ ਕਈ ਵਾਰੀ ਲੋਕ ਜਿਹੜਾ ਜੀ ਉਹ ਪੁੱਛਦੇ ਨੇ ਕਿ ਉਹਨਾਂ ਦਾ ਕੀ ਬਣਿਆ ਜੀ, ਇਹਦੇ ਵਿੱਚ ਸਾਧਵੀ ਪ੍ਰਿਗਿਆ ਵਰਗੇ ਜਿਹੜੇ ਉਹ ਸ਼ਾਮਿਲ ਨੇ, ਇਹਦੇ ਵਿੱਚ ਫੌਜ ਦਾ ਇੱਕ ਜਿਹੜਾ ਜੀ ਉਹ ਆਫਿਸਰ ਸ਼ਾਮਿਲ, ਇਹ ਸਾਰੇ ਅਜੇ ਜਿਹੜਾ ਜੀ ਅੰਦਰ ਹੀ ਨੇ, ਇਹ ਅਜੇ ਜਿਹੜਾ ਜੀ ਉਹ ਬਾਹਰ ਨਹੀਂ ਆਏ। ਹਾਂ, ਜਿਹੜਾ ਉਹਨੇ ਦੋਸ਼ ਲਾਏ ਨੇ, ਹੋ ਸਕਦਾ ਕਿਤੇ ਨਾ ਕਿਤੇ ਕੁਛ ਜਿਹੜੀ ਆ ਜੀ ਉਹ ਸੱਚਾਈ ਹੋਵੇ, ਕਿਉਂਕਿ ਜਿਹਨਾਂ ਦੀ ਹੁਣ ਸਰਕਾਰ ਹੈ ਉਹਨਾਂ ਦਾ ਮਾਈ ਬਾਪ ਜਿਹੜਾ ਜੀ ਉਹ RSS ਹੀ ਹੈ ਨਾ, ਤੇ ਇਹਨਾਂ ਦੀਆਂ ਤਾਰਾਂ ਜਿਹੜੀਆਂ ਨੇ ਉਹ ਜਾ ਕੇ ਜੁੜਦੀਆਂ ਤਾਂ ਉਹਦੇ ਨਾਲ ਹੀ ਨੇ, ਸੰਘ ਪਰਿਵਾਰ ਦੇ ਨਾਲ ਜੀ। ਜੀ ਜੀ ਬਿਲਕੁਲ ਬਿਲਕੁਲ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਅਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜ ਨਾਮਾ ਤੋਮਰ ਤੋਮਰ ਦੇ ਤਵੇ ਸੀ ਬਹੁਤ ਲਾਉਂਦੇ, ਮੁਸ਼ਕਲ ਸਿਮਰਤੀ ਨੂੰ ਘੇਰੀ ਖੜੀ ਵੀ ਆ ਜੀ। ਤੋਮਰ ਤੋਮਰ ਦੇ ਤਵੇ ਸੀ ਬਹੁਤ ਲਾਉਂਦੇ, ਮੁਸ਼ਕਲ ਸਿਮਰਤੀ ਨੂੰ ਘੇਰੀ ਖੜੀ ਮੀਆਂ, ਡਿਗਰੀ ਉਹਦੀ ਵੀ ਜਾਲੀ ਹੈ ਸੁਣੀ ਜਾਂਦੀ, ਪੈ ਗਈ ਲੱਗਦੀ ਅਣਾਉਣੀ ਹੈ ਬੜੀ ਮੀਆਂ ਜੀ। ਪਹਿਲੇ ਗੇੜ ਵਿੱਚ ਛੁੱਟੀ ਨਾ ਜਾਣ ਉਹਦੀ ਜੀ, ਲੱਗਣੀ ਪੇਸ਼ੀਆਂ ਦੀ ਲੱਗਦੀ ਲੜੀ ਮੀਆਂ, ਖੜਨਾ ਉਹਨੂੰ ਕਟਹਿਰੇ ਵਿੱਚ ਪਊਗਾ ਹੀ, ਲੱਗ ਜਾਊ ਦੂਸ਼ਣਾ ਦੀ ਝੜੀ ਮੀਆਂ ਜੀ। ਕਿੱਸਾ ਤੋਮਰ ਦਾ ਕਾਹਦੇ ਲਈ ਛੇੜਿਆ ਸੀ, ਪਰਦੇ ਕਈਆਂ ਦੇ ਲੱਗੇ ਹੀ ਲੈਣ ਮੀਆਂ ਜੀ। ਕਿੱਸਾ ਤੋਮਰ ਦਾ ਕਾਹਦੇ ਲਈ ਛੇੜਿਆ ਸੀ, ਪਰਦੇ ਕਈਆਂ ਦੇ ਲੱਗੇ ਹੀ ਲੈਣ ਮੀਆਂ, ਜਾਲੀ ਡਿਗਰੀਆਂ ਵਾਲੇ ਕਈ ਹੋਰ ਆਗੂ ਮੂੰਹੋਂ ਮੂੰਹ ਕਈ ਲੋਕ ਪਏ ਕਹਿਣ ਮੀਆਂ ਜੀ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ, ਪ੍ਰੋਗਰਾਮ ਖਬਰ 'ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।